ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੈਂ ਦੱਸ ਦਵਾਂ, ਅੱਜ ਅਸੀਂ ਚੱਲੇ ਆ ਸ਼੍ਰੀ ਹੇਮਕੁੰਡ ਸਾਹਿਬ ਨੂੰ। ਤੇ ਆਹ ਸਾਡਾ ਗਰੁੱਪ ਆ, ਰੈਡੀ ਹੋ ਗਏ ਸਾਰੇ। ਲੱਡੂ, ਹਰਸ਼, ਦਮਨ, ਤਰਨ, ਤੁਹਾਨੂੰ ਸਤਿ ਸ਼੍ਰੀ ਅਕਾਲ ਦਾ ਇੰਨਾ ਚਾਹ ਚੜਿਆ ਫੋਨ ਹੀ ਸੈੱਟਾ ਭਾਜੀ, ਜਿਨ੍ਹਾਂ ਦੇ ਨਾਲ ਅਸੀਂ ਚੱਲੇ ਆ। ਇਹਨਾਂ ਦੀ ਗੱਡੀ ਕਿਹੜੀ ਗੱਡੀ ਆ ਇਹ? ਪਤਾ ਨਹੀਂ ਕਿਹੜੀ ਆ। ਉਹ ਮੇਰੀ ਮਾਤਾ ਖੜੀ ਉੱਤੇ, ਇਹ ਕਹਿੰਦੇ ਅਸੀਂ ਜਾਣਾ ਨਹੀਂ, ਮੇਰੇ ਗੋਡੇ ਦੁਖਦੇ ਆ, ਇਹਨਾਂ ਨੂੰ ਬਾਈ ਪਲੇਨ ਲੈ ਕੇ ਜਾਵਾਂਗੇ। ਤੇ ਮੇਰੀ ਭੈਣ ਨੇ ਵੀ ਜਾਣਾ ਆ, ਇਹਨੇ ਨਹੀਂ ਜਾਣਾ ਸੱਚ, ਦੂਜੀ ਭੈਣ ਇੱਕ ਹੋਰ ਆ ਜਿਹਨੂੰ ਤੁਸੀਂ ਬਹੁਤ ਘੱਟ ਦੇਖਦੇ ਆ ਵੀਡੀਓਜ਼ ਵਿੱਚ। ਉਹ ਰਹਿਣ ਦੇ ਘਬਰਾਹਟ ਹੋਣ ਲੱਗ ਜਾਣੀ ਚਾਹ ਨਾ। ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੱਦਾਂ ਕਿੱਦਾਂ ਅਸੀਂ ਹੇਮਕੁੰਡ ਸਾਹਿਬ ਗਏ, ਫਿਰ ਤੁਸੀਂ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਸੌਖਾ ਹੋ ਜਾਊਗਾ ਥੋੜ੍ਹਾ ਜਿਹਾ। ਅਤੇ ਚਲੋ ਫਿਰ ਮਿਲਦੇ ਹਾਂ ਰਸਤੇ 'ਚ। ਚਲੋ ਜੀ, ਬੈਗ ਟਿਕਾ ਦਿੱਤੇ ਗਏ ਆ, ਬੈਗ ਸਮਾਨ ਸਾਡਾ ਜ਼ਿਆਦਾ ਆ, ਸਭ ਤੋਂ ਵੱਡਾ ਹੈਗਾ ਹਰਸ਼ ਦਾ ਬੈਗ ਆਹ ਵਾਲਾ। ਕਹਿਨੂੰ ਫੋਟੋ ਖਿੱਚਣ ਲਾਇਆ ਕੋੜ ਨੀ ਕਰ। ਇਹ ਜਾ ਹੀ ਸੀ ਪਿਛਲੇ ਸਾਲ, ਇਹਨੂੰ ਸਿਤਾਰ ਨੀ ਲੈ ਕੇ ਚੱਲੇ, ਇਹ ਛੋਟੀ ਆ, ਇਹਨੂੰ ਸਿਤਾਰ ਨੀ ਲੈ ਕੇ ਚੱਲੇ। ਆਹ ਮੇਰੀ ਭੈਣ, ਇਹ ਤੁਸੀਂ ਘੱਟ ਦੇ ਦਿਓ ਨਾ ਵੀਡੀਓ 'ਚ, ਇਹਨੂੰ ਅਸੀਂ ਹੁਣ ਲਿਫਾਫਾ ਲੈ ਕੇ ਦੇਣਾ ਕਿਉਂਕਿ ਇਹਨੂੰ ਉਲਟੀਆਂ ਆ ਜਾਂਦੀਆਂ। ਇਹ ਉਲਟੀ ਵਾਲਾ ਮਹਿਕਮਾ ਗੱਭੇ ਬਿਠਾਇਆ ਆ, ਤੂੰ ਦੰਦ ਕੱਢੇ ਆ, ਕੱਢ ਲੈ ਹੁਣ ਚੰਗੀ ਤਰ੍ਹਾਂ। ਇਹ ਤੈਨੂੰ ਤੈਨੂੰ ਸੁਣਦਾ ਹੀ ਨੀ ਬਾਜੀ ਜੀ। ਘੰਟਾ ਨੀ ਹੋਇਆ ਸਾਨੂੰ ਤੁਰਿਆ ਨੂੰ, ਦੋ ਦੁਬਾਰੀਆਂ ਮੈਂ ਵੀ ਖਾ ਲੈਂਦੀ ਹੁਣ, ਅਸੀਂ ਲੱਗਿਆ ਸੌਣ, ਰਾਹ 'ਚ ਜਾ ਕੇ ਮਿਲਦੇ ਹਾਂ ਫਿਰ ਕਿਤੇ ਰੁਕਾਂਗੇ ਤਾਂ। ਬਾਏ, ਗੁੱਡ ਨਾਈਟ। ਚਲੋ ਹੁਣ ਆਪਾਂ ਨਾ ਗੁਰਦੁਆਰਾ ਸਾਹਿਬ ਜਾ ਕੇ ਫਿਰ ਬਣਾਉਂਦੇ ਹਾਂ ਵਲੌਗ, ਅੱਗੇ ਤੋਂ ਸਟਾਰਟ ਕਰਦੇ ਹਾਂ। ਜੰਗਲ ਹੀ ਜੰਗਲ, ਜੰਗਲ ਹੀ ਜੰਗਲ। ਓ ਜੀ, ਪਹੁੰਚ ਗਏ ਅਸੀਂ ਸ਼੍ਰੀ ਪਾਉਂਟਾ ਸਾਹਿਬ, ਇੱਥੋਂ ਮੱਥਾ ਟੇਕ ਕੇ ਫਿਰ ਅਸੀਂ ਅੱਗੇ ਜਾਵਾਂਗੇ ਹੇਮਕੁੰਡ ਸਾਹਿਬ ਦੇ ਲਈ, ਸੋਰੀ ਰਿਸ਼ੀਕੇਸ਼ ਜਾਵਾਂਗੇ ਅੱਜ। ਇਹ ਦੇਹਰਾਦੂਨ 'ਚ ਹੈ ਪਾਉਂਟਾ ਸਾਹਿਬ। ਪੰਜਾਬ ਸੇ ਹਾਂਜੀ।
ਚਾਹ ਦਾ ਲੰਗਰ, ਇਹ ਹੈਗਾ ਇੱਧਰ ਲੰਗਰ ਹਾਲ। ਇਹ ਨਾ ਪੀ ਕੇ ਨਾ ਹੌਲ ਹੌਲ ਕੀਤੀ ਨਾ ਤਾਂ ਰਾਹ ਦੇ ਵਿੱਚ ਮੇਰਾ ਢਿੱਡ ਘੁਣੂ ਘੁਣੂ ਕਰਦਾ, ਉਹ ਕਰਦਾ ਉਲਟੀਆਂ ਕਰੂੰਗੀ, ਲਫੇੜੇ ਵੀ ਛੱਡਣੇ ਤੇਰੇ, ਉਲਟੀਆਂ ਕਰੂੰ। ਲਫਾਵਾ ਲੈ ਲਓ ਦੋ ਤਿੰਨ ਇੱਥੋਂ, ਵੀ ਗਰਮੀ ਤਾਂ ਇੱਥੇ ਵੀ ਬਹੁਤ ਆ, ਬੁਰਾ ਹਾਲ ਹੋਇਆ ਪਿਆ। ਹੁਣ ਚੱਲੇ ਹਾਂ ਅਸੀਂ ਇੱਥੋਂ ਰਿਸ਼ੀਕੇਸ਼ ਗੁਰਦੁਆਰੇ, ਰਾਤ ਰੁਕਾਂਗੇ ਫਿਰ ਉੱਥੋਂ ਮੋਰਨਿੰਗ ਤੁਰਾਂਗੇ ਅਤੇ ਮਿਲਦੇ ਹਾਂ ਸ਼੍ਰੀ ਰਿਸ਼ੀਕੇਸ਼ ਗੁਰਦੁਆਰੇ ਜਾ ਕੇ। ਸੋ ਫਾਈਨਲੀ ਅਸੀਂ ਪਹੁੰਚ ਗਏ ਹਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਆ, ਉੱਥੇ ਜਾ ਕੇ ਅਸੀਂ ਬੁਕਿੰਗ ਕਰਵਾਉਣੀ ਆ। ਇੱਥੇ ਰਿਸ਼ੀਕੇਸ਼ ਇੱਥੇ ਹੀ ਆ, ਰਿਸ਼ੀਕੇਸ਼ ਇੱਥੇ ਆ ਕੇ ਹੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਬੁਕਿੰਗ ਕਰਵਾਉਣੀ ਪੈਂਦੀ ਆ ਉਹਦੀ, ਕੀ ਕਹਿੰਦੇ ਆ ਹੇਮਕੁੰਟ ਸਾਹਿਬ ਜਾਣ ਦੇ ਲਈ। ਅਤੇ ਇੱਥੇ ਬੁਕਿੰਗ ਕਰਵਾ ਕੇ ਦੇਖੋ ਸਾਨੂੰ ਬੁਕਿੰਗ ਮਿਲਦੀ ਹੈ ਕਿ ਨਹੀਂ ਮਿਲਦੀ, ਉਹ ਬਾਅਦ 'ਚ ਪਤਾ ਲੱਗੂ। ਮੱਥਾ ਟੇਕ ਕੇ ਆਈਏ, ਇੱਥੇ ਹੀ ਰਿਹਾਇਸ਼ ਆ ਗੁਰਦੁਆਰਾ ਸਾਹਿਬ, ਸਾਨੂੰ ਦਿਖਾਉਂਦੇ ਆ ਮੇਰੇ ਪਿੱਛੇ ਆ ਜਿਓ, ਪਿੱਛੇ ਉਹ ਆ ਜਿਓ, ਕਿੱਥੇ ਰਹਿ ਗਏ ਅਤੇ ਸਾਡੀ ਰਜਿਸਟ੍ਰੇਸ਼ਨ ਹੋ ਗਈ ਸੀਗੀ ਅਤੇ ਉਦੋਂ ਤੱਕ ਅਸੀਂ ਹਜੇ ਰੂਮ ਲੈਣਾ ਆ, ਉਨੀ ਦੇਰ ਤੱਕ ਆਪਾਂ ਅਜਾਇਬ ਘਰ ਦੇਖ ਲਈਏ। ਚਰਖੜੀਆਂ ਤੇ ਚੜ੍ਹੇ ਆਪਣੇ ਅਰਦਾਸ ਚ ਆਉਂਦਾ ਤਾਂ ਹੁੰਦਾ, ਚਰਖੜੀਆਂ ਤੇ ਚੜ੍ਹੇ ਆ ਰਿਹਾ ਨਾ ਚਿਹਰਾ, ਹਾਂ ਆਉਂਦਾ ਹੁੰਦਾ ਨਾ ਇੱਧਰ। ਆ ਛੋਟੇ ਸਾਹਿਬਜ਼ਾਦੇ ਨਹੀਂ ਅੱਜ ਚੜਵਾਏ ਸੀ ਪਤਾ, ਸ਼ੁਕਰ ਹੈ। ਚਲੋ ਜੀ ਸਾਨੂੰ ਰੂਮ ਮਿਲ ਗਿਆ ਆ, ਹੁਣ ਅਸੀਂ ਚੱਲੇ ਹਾਂ ਆਪਣਾ ਰੂਮ ਦੇਖਣ। ਅਤੇ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਸੋਹਣਾ, ਠੰਡਾ, ਉਹ ਦੇਖੋ ਆਹ ਸਾਡਾ ਗੋਲੂ, ਇਹ ਸਾਡਾ ਗੋਲੂ, ਇਹ ਗੋਲੂ ਤਾਂ ਸੰਗਤ ਮੋਟਰਸਾਈਕਲਾਂ 'ਤੇ ਵੀ ਆਈ ਆ। ਸਾਨੂੰ ਮਿਲਿਆ 192 ਰੂਮ, 2 ਬੈੱਡ ਬਸ, ਬਾਕੀ ਗੱਦੇ ਲਾਓ ਲੈ ਇੱਧਰ। ਨਹੀਂ ਅੰਦਰ ਬਾਥਰੂਮ ਆ, ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਆ ਤੁਹਾਨੂੰ ਐਵੇਂ ਦੇ ਕਾਰਡ ਮਿਲਦੇ ਆ, ਇਹ ਸਾਂਭ ਕੇ ਰੱਖਣੇ ਜ਼ਰੂਰੀ ਹੈ, ਇਹਦੇ ਬਿਨਾਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ। ਇਹ ਮੇਰਾ ਤੇ ਗੁਰਸੇਵਕ ਦਾ ਆ, ਇਹ ਸਾਰੇ ਜਾਣੇ ਇੱਥੋਂ ਆ ਕੇ ਜ਼ਰੂਰ ਕਰਾ ਲਿਓ। ਸ਼ੋਜ਼ ਯੂਅਰ ਰਜਿਸਟ੍ਰੇਸ਼ਨ,
ਇਹ ਹੈਗਾ ਆਪਣਾ ਰਜਿਸਟ੍ਰੇਸ਼ਨ ਕਾਰਡ, ਇਹਦੇ ਤੇ ਪਤਾ ਨਹੀਂ ਕੀ ਆ। ਮੇਰੀਆਂ ਵੀਡੀਓ ਦੇਖੀ ਆ ਗਾਇਸ, ਤੁਸੀਂ ਵੀ ਆਉਂਦੇ ਹੋ ਨਾ ਇੱਥੇ ਰਜਿਸਟ੍ਰੇਸ਼ਨ ਆ ਜ਼ਰੂਰ ਕਰਵਾ ਲਿਓ, ਆਪਣੇ ਕਾਰਡ ਸਾਂਭ ਕੇ ਰੱਖਿਓ। ਲੈ ਕੇ ਆਇਆ, ਮੱਛਰ ਬਹੁਤ ਸੀਗਾ ਰੂਮ ਦੇ ਵਿੱਚ, ਲੱਗਾ ਆ ਤੱਕ ਚੱਕ ਉਹਨੇ ਮੋਮੋਜ ਚੱਕ ਟੈਕ ਟੈਕ। ਵਾਪਸ ਆ ਗਏ ਸੀ ਰੂਮ ਦੇ ਵਿੱਚ, ਹੁਣ ਲੱਗੇ ਅਸੀਂ ਸੌਣ, ਸਵੇਰੇ ਉੱਠਾਂਗੇ 3 ਵਜੇ ਤੇ ਫਿਰ ਚੱਲਦੇ ਹਾਂ ਅੱਗੇ। ਬਾਏ ਬਾਏ ਉਦੋਂ ਤੱਕ ਟਾਟਾ।